सत श्री अकाल जी। द खालस टीवी दी वैदर बुलेटिन दे विच तुहाडा सब दा स्वागत है। मैं हरशरण कौर। अज 19 अगस्त है, दिन वीरवार है। अज दे दिन दा तापमान तुहानूं दसांगे। पंजाब दे हर जिले दे विच अज किस तरीके दा जिहड़ा तापमान रहेगा, किन्नी क गर्मी रहेगी, की किते मींह वी पवेगा। उस तों पहलां भारतीय मौसम विभाग दी भविखबाणी है जिहड़ी पूरे उत्तर भारत नूं लै के कुछ दिनां दी, उह तुहानूं दस दिंदे आं। 16 अगस्त लंघ गई है। 16 अगस्त तों लै के आउंदे हफ्ते तक मौसम विभाग ने कहा सी कि मानसून दा जिहड़ा मींह है ਉਹ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਦਿੱਲੀ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਪੈ ਸਕਦਾ। 16 ਅਤੇ 17 ਅਗਸਤ ਦੀ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਇਹ ਮੀਂਹ ਹੈ ਜਿਹੜਾ ਨਹੀਂ ਪਿਆ ਹੈ। ਭਵਿੱਖਬਾਣੀ ਜ਼ਿਆਦਾ ਸਹੀ ਸਾਬਤ ਨਹੀਂ ਹੋਈ ਹੈ, ਪਰ ਮੌਸਮ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ ਜਿਹੜਾ ਉਹ ਜ਼ਰੂਰ ਦੇਖਿਆ ਗਿਆ ਹੈ, ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਮੀਂਹ ਹੈ ਉਹ ਦਰਜ ਜ਼ਰੂਰ ਕੀਤਾ ਗਿਆ। ਹਾਲਾਂਕਿ ਬਹੁਤ ਭਾਰੀ ਮੀਂਹ ਤਾਂ ਨਹੀਂ, ਪਰ ਕਿਤੇ ਨਾ ਕਿਤੇ ਮੀਂਹ ਪੈਣ ਦੀਆਂ ਖਬਰਾਂ ਨੇ ਜਿਹੜੀਆਂ ਉਹ ਆਈਆਂ ਨੇ। ਸਵੇਰੇ ਸ਼ਾਮ ਜੇ ਪੰਜਾਬ ਦੇ ਵਿੱਚ ਆਪਾਂ ਦੇਖ ਲਈਏ ਤਾਂ ਥੋੜ੍ਹਾ ਜਿਹਾ ਮੌਸਮ ਠੰਡਾ ਹੁੰਦਾ, ਬੱਦਲਵਾਈ ਹੈ ਜਿਹੜੀ ਉਹ ਛਾਈ ਰਹਿੰਦੀ ਹੈ। ਹਾਲਾਂਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਜਿਹੜੀ ਹਾਲੇ ਵੀ ਉਹੀ ਹੈ ਕਿ ਮੌਨਸੂਨ ਦਾ ਜਿਹੜਾ ਮੀਂਹ ਹੈ ਆਉਂਦੇ ਦਿਨਾਂ ਦੇ ਵਿੱਚ ਪੈ ਸਕਦਾ। ਅੱਜ ਵੀ ਕਿਤੇ ਨਾ ਕਿਤੇ ਮੀਂਹ ਪੈ ਸਕਦਾ, ਹਲਕਾ ਪੈ ਸਕਦਾ, ਭਾਰੀ ਮੀਂਹ ਪੈਣ ਦੀ ਸੰਭਾਵਨਾ ਹਾਲੇ ਨਹੀਂ। ਉਹ ਤੁਹਾਨੂੰ ਦੱਸ ਦਿੰਦੇ ਹਾਂ, ਸਭ ਤੋਂ ਘੱਟ ਜਿਹੜਾ ਰੂਪਨਗਰ, ਗੁਰਦਾਸਪੁਰ, ਕਪੂਰਥਲਾ, ਗੁਰੂ ਕੀ ਨਗਰੀ ਅੰਮ੍ਰਿਤਸਰ ਅਤੇ ਤਰਨ ਤਾਰਨ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਰਹੇਗਾ ਅਤੇ ਬਹੁਤ ਜ਼ਿਆਦਾ ਗਰਮੀ ਹੈ ਜਿਹੜੀ ਉਹ ਦੱਸੀ ਗਈ ਹੈ ਕਿ ਥੋੜ੍ਹੀ ਬਹੁਤੀ ਬੱਦਲਵਾਈ ਜ਼ਰੂਰ ਰਹਿ ਸਕਦੀ ਹੈ, ਪਰ ਬੱਦਲਵਾਈ ਦਾ ਇਹ ਮਤਲਬ ਨਹੀਂ ਹੁੰਦਾ ਕਿ ਗਰਮੀ ਘੱਟ ਜਾਵੇ। ਮੀਂਹ ਦਾ ਵੀ ਇਹ ਮਤਲਬ ਨਹੀਂ ਹੁੰਦਾ ਗਰਮੀ ਦੇ ਮੌਸਮ 'ਚ ਕਿ ਗਰਮੀ ਹੈ ਜਿਹੜੀ ਉਹ ਖਤਮ ਹੀ ਹੋ ਗਈ ਹੈ, ਠੰਡ ਆ ਗਈ ਹੈ। ਗਰਮੀ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲਦੀ ਹੈ, ਪਰ ਮੀਂਹ ਤੋਂ ਬਾਅਦ ਕੁਛ ਘੰਟਿਆਂ ਬਾਅਦ ਜਿਹੜਾ ਮੌਸਮ ਬਣਦਾ ਹੈ ਹੁੰਮਸ ਵਾਲਾ, ਖਾਸ ਕਰਕੇ ਸਾਉਣ ਭਾਦੋਂ ਦੇ ਮਹੀਨੇ ਦੇ ਵਿੱਚ, ਉਹ ਆਪਾਂ ਸਾਰੇ ਹੀ ਜਾਣਦੇ ਹਾਂ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਕਾਫੀ ਤਿੱਖੀ ਗਰਮੀ ਦੀ ਸੰਭਾਵਨਾ ਜਿਹੜੀ ਦਿੱਤੀ ਗਈ ਹੈ। ਉਸ ਤੋਂ ਬਾਅਦ ਗੱਲ ਕਰ ਲਈਏ ਪਠਾਨਕੋਟ ਦੀ, ਲੁਧਿਆਣਾ, ਸੰਗਰੂਰ, ਨਵਾਂਸ਼ਹਿਰ, ਜਲੰਧਰ, ਹੁਸ਼ਿਆਰਪੁਰ, ਬਠਿੰਡਾ, ਮਲੇਰਕੋਟਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ, ਸ਼੍ਰੀ ਫਤਿਹਗੜ੍ਹ ਸਾਹਿਬ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਦਾ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 37 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੀਂਹ ਹਲਕਾ ਕਿਤੇ ਨਾ ਕਿਤੇ ਪੈ ਸਕਦਾ, ਹਵਾਵਾਂ ਨੇ ਜਿਹੜੀਆਂ ਸਵੇਰੇ ਸ਼ਾਮ ਦੀਆਂ ਉਹ ਥੋੜ੍ਹੀਆਂ ਠੰਡੀਆਂ ਹੋ ਸਕਦੀਆਂ ਨੇ। ਅਤੇ ਇਸ ਵਾਰੀ ਦੇ ਮੌਸਮ ਦੇ ਵਿੱਚ ਜੇ ਆਪਾਂ ਦੇਖ ਲਈਏ, ਗਰਮੀ ਜਦੋਂ ਤੋਂ ਪੈਣੀ ਸ਼ੁਰੂ ਹੋਈ ਹੈ, ਲੂ ਹੈ ਜਿਹੜੀ ਉਹ ਕੁਛ ਕੁ ਦਿਨ ਤਿੱਖੀ ਜਦੋਂ ਬਹੁਤ ਗਰਮੀ ਸੀ ਉਦੋਂ ਚੱਲੀ ਹੈ, ਪਰ ਲੂ ਹੈ ਜਿਹੜੀ ਉਸਨੇ ਬਹੁਤ ਜ਼ਿਆਦਾ ਇਸ ਵਾਰੀ ਲੋਕਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਹੈ। ਗਰਮੀ ਜ਼ਰੂਰ ਪਵੇਗੀ ਕਿਉਂਕਿ 37 ਡਿਗਰੀ ਸੈਲਸੀਅਸ ਤਾਪਮਾਨ ਕੋਈ ਥੋੜ੍ਹਾ ਨਹੀਂ ਹੁੰਦਾ, ਬਹੁਤ ਜ਼ਿਆਦਾ ਜਿਹੜਾ ਗਰਮੀ ਹੁੰਦੀ ਹੈ। ਅਤੇ ਮੀਂਹ ਦੇਖੋ, ਹੁਣ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ, ਪਿੰਡ, ਸ਼ਹਿਰ, ਇਲਾਕੇ ਦੇ ਵਿੱਚ ਕਿਤੇ ਮੀਂਹ ਵਰਗੇ ਹਾਲਾਤ ਹੋਏ ਨੇ ਜਾਂ ਮੀਂਹ ਪਿਆ ਹੈ, ਜ਼ਰੂਰ ਦੱਸਿਓ, ਕਿਉਂਕਿ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਨੇ ਜਿਹੜੀਆਂ ਉਹ ਕਈ ਵਾਰੀ ਗਲਤ ਸਾਬਿਤ ਹੁੰਦੀਆਂ ਨੇ। ਫਿਰੋਜ਼ਪੁਰ, ਬਰਨਾਲਾ, ਮਾਨਸਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਰਹੇਗਾ ਅਤੇ ਜ਼ਿਆਦਾਤਰ ਹੈ ਜਿਹੜੀ ਉਹ ਧੁੱਪ, ਚਮਕਦੀ ਧੁੱਪ, ਤਿੱਖੀ ਧੁੱਪ ਨਿਕਲੀ ਰਹੇਗੀ। ਕਿਤੇ ਨਾ ਕਿਤੇ ਬੱਦਲਵਾਈ ਤੋਂ ਬਾਅਦ ਹਲਕੀ ਕਿਣਮਿਣ ਦੇ ਆਸਾਰ ਜਿਹੜੇ ਉਹ ਹੈਗੇ ਨੇ। ਇਸ ਤੋਂ ਬਾਅਦ ਫਰੀਦਕੋਟ ਦੇ ਵਿੱਚ ਅੱਜ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਰਹੇਗਾ। 40 ਡਿਗਰੀ ਮਤਲਬ ਬਹੁਤ ਗਰਮੀ ਹੁੰਦੀ ਹੈ। ਜ਼ਿਆਦਾਤਰ ਜਿਹੜਾ ਸਨੀ ਮੌਸਮ ਰਹੇਗਾ, ਯਾਨੀ ਕਿ ਸੂਰਜ ਦੀ ਧੁੱਪ ਵਾਲਾ ਰਹੇਗਾ। ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ, ਇਹ ਤਕਰੀਬਨ ਆਪਾਂ ਦੇਖਦੇ ਹਾਂ ਤਾਂ ਪੰਜਾਬ ਦੇ ਤਕਰੀਬਨ ਇਹੀ ਰੋਜ਼ਾਨਾ ਸਭ ਤੋਂ ਵੱਧ ਗਰਮ ਜ਼ਿਲ੍ਹੇ ਦਰਜ ਕੀਤੇ ਜਾਂਦੇ ਨੇ। ਇੱਥੇ 40 ਤੋਂ ਵੀ ਵੱਧ ਅੱਜ ਦਾ ਤਾਪਮਾਨ ਦਰਜ ਕੀਤਾ ਗਿਆ, 41 ਡਿਗਰੀ ਸੈਲਸੀਅਸ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਅਤੇ ਗਰਮੀ ਪੂਰੀ ਤਿੱਖੀ ਪਵੇਗੀ। ਸੋ ਮੌਸਮ ਵਿਭਾਗ ਦੀਆਂ ਸੰਭਾਵਨਾਵਾਂ ਕਦੇ ਠੀਕ ਕਦੇ ਗਲਤ, ਪਰ 70% ਠੀਕ ਹੁੰਦੀਆਂ ਨੇ, 30% ਗਲਤ ਵੀ ਸਾਬਿਤ ਹੋ ਜਾਂਦੀਆਂ ਨੇ। ਕੁਦਰਤ ਦੇ ਹੱਥ ਹੁੰਦਾ ਸਭ ਕੁਛ, ਆਪਣੇ ਆਪ ਨੂੰ ਚਲਾਉਣਾ ਜਿਹੜਾ ਕੁਦਰਤ ਆਪਣੀ ਮਰਜ਼ੀ ਦੇ ਨਾਲ ਕਰਦੀ ਹੈ, ਉਸਨੂੰ ਅਸੀਂ ਬਦਲ ਨਹੀਂ ਸਕਦੇ। ਸੋ ਜਿਹੜਾ ਹੈਗਾ, ਜੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤਾਂ ਮੀਂਹ ਥੋੜ੍ਹਾ ਪੈ ਜਾਵੇ ਤਾਂ ਚੰਗਾ ਲੱਗਦਾ। ਕੱਲ੍ਹ ਨੂੰ ਫਿਰ ਵੈਦਰ ਬੁਲੇਟਿਨ ਦੀ ਜਾਣਕਾਰੀ ਦੇਵਾਂਗੇ। ਧੰਨਵਾਦ।